ਨਾਭਾ ਸ਼ਹਿਰ ਲਈ, ਨਾਭਾ ਰਿਆਸਤ ਲਈ ਬਹੁਤ ਵੱਡਾ ਦਿਨ ਹੈ ਜੀ। ਅੱਜ 101ਵਾਂ ਨਾਭਾ ਡੇ ਜਿਹੜਾ ਜੀ ਉਹ ਮਨਾਇਆ ਜਾ ਰਿਹਾ, ਔਰ ਮਹਾਰਾਜਾ ਰਵਦਮਨ ਸਿੰਘ ਜੀ ਹੋਰਾਂ ਨੂੰ ਯਾਦ ਕੀਤਾ ਜਾ ਰਿਹਾ, ਜੈਤੋਂ ਦਾ ਮੋਰਚਾ ਜਿਹੜੇ ਉੱਚ ਸ਼ਹੀਦ ਹੋਏ ਉਹਨਾਂ ਨੂੰ ਯਾਦ ਕੀਤਾ ਜਾ ਰਿਹਾ। ਤਾਂ ਬਹੁਤ ਵੱਡੀ ਕੰਟਰੀਬਿਊਸ਼ਨ ਹੈ ਜੀ ਮਹਾਰਾਜਾ ਰਵਦਮਨ ਸਿੰਘ ਦੀ ਸਿੱਖ ਇਤਿਹਾਸ ਨੂੰ ਲੈ ਕੇ। ਉਹਨਾਂ ਦਾ ਜੋ ਉਦੋਂ ਦੀਆਂ ਜਿੰਨੀਆਂ ਰਿਆਸਤਾਂ ਸੀਗੀਆਂ ਉਹਦੇ ਵਿੱਚੋਂ ਪਹਿਲਾ ਸਿੱਖ ਮੈਰਿਜ ਐਕਟ ਲਾਗੂ ਕਰਨਾ, ਔਰ ਜਿਹੜੀ ਬ੍ਰਿਟਿਸ਼ ਗੌਰਮੈਂਟ ਸੀ ਉਹਦੇ ਖਿਲਾਫ ਝੰਡਾ ਚੱਕਣਾ, ਔਰ ਆਪਣੇ ਲੋਕਾਂ ਨੂੰ ਰਿਲੀਫ ਦੇਣਾ, ਆਪਣੇ ਲੋਕਾਂ ਦੇ ਨਾਲ ਸਟੈਂਡ ਰੱਖਣਾ, ਗੁਰੂ ਮਹਾਰਾਜ ਦੇ ਵਿੱਚ ਵਿਸ਼ਵਾਸ ਰੱਖਣਾ, ਜੈਤੋਂ ਮੋਰਚੇ ਦੇ ਵਿੱਚ ਆਪ ਜਾ ਕੇ ਉਹਨਾਂ ਦਾ ਸਾਥ ਦੇਣਾ, ਬਹੁਤ ਵੱਡੀ ਕੰਟਰੀਬਿਊਸ਼ਨ ਹੈ ਜੀ। ਸੋ ਉਹਨਾਂ ਨੂੰ ਯਾਦ ਕਰ ਰਹੇ ਹਾਂ ਅੱਜ, ਔਰ ਸ਼ਾਹੀ ਪਰਿਵਾਰ ਜਿਹੜਾ ਹੈ ਮਹਾਰਾਜਾ ਸਾਹਿਬ ਦਾ ਉਹ ਵੀ ਸਾਡੇ ਨਾਲ ਹੈ ਜੀ, ਮਹਾਰਾਣੀ ਪ੍ਰੀਤੀ ਜੀ, ਮਹਾਰਾਣੀ ਉਮਾ ਜੀ ਸਾਰੇ ਨਾਲ ਨੇ, ਇਹਨਾਂ ਦਾ ਪਰਿਵਾਰ ਨਾਲ ਹੈ। ਅਤੇ ਅਸੀਂ 7 ਤਰੀਕ ਨੂੰ ਨਾਭਾ ਡੇ ਸ਼ੁਰੂ ਕਰਤਾ ਸੀ ਜੀ, 2 ਦਿਨ 7 ਅਤੇ 8 ਤਰੀਕ ਨੂੰ ਅਸੀਂ ਨਾਭਾ ਸ਼ਹਿਰ ਦੀ ਸਫਾਈ ਦਾ ਮਿਸ਼ਨ ਜਿਹੜਾ ਰੱਖਿਆ ਸੀਗਾ, ਅਤੇ ਉਹਦੇ ਵਿੱਚ ਅਸੀਂ ਕਾਫੀ ਹੱਦ ਤੱਕ ਕਾਮਯਾਬ ਹੋਏ ਹਾਂ, ਪਰ 1 ਦਿਨ ਨਾਲ ਨਹੀਂ ਗੱਲ ਬਣਨੀ ਜੀ। ਇਹ ਸਾਨੂੰ ਡੇਲੀ ਜਿਹੜਾ ਜੀ ਸਫਾਈ ਦਾ ਜਿਹੜਾ ਕੰਮ ਉਹ ਸਾਨੂੰ ਸੰਭਾਲਣਾ ਪੈਣਾ, ਆਪ ਸਾਨੂੰ ਦੇਖਣਾ ਪੈਣਾ। ਸੋ ਮਹਾਰਾਜਾ ਰਵਦਮਨ ਸਿੰਘ ਜੀ, ਮਹਾਰਾਜਾ ਹੀਰਾ ਸਿੰਘ ਜੀ, ਇਹ ਰਿਆਸਤ ਜਿਹੜੇ ਰਾਜੇ ਸੀ ਉਹ ਬੜੇ ਧਾਰਮਿਕ ਵਿਚਾਰਾਂ ਦੇ ਸੀਗੇ, ਆਪਣੇ ਧਰਮ ਪ੍ਰਤੀ ਬੜੇ ਪੱਕੇ ਸੀਗੇ, ਅਤੇ ਸਾਨੂੰ ਉਹਨਾਂ ਦੇ ਹੀ ਵਚਨਾਂ 'ਤੇ ਚੱਲਣਾ ਚਾਹੀਦਾ ਕਿ ਅਸੀਂ ਆਪਣਾ ਇਹ ਖੂਬਸੂਰਤ ਸ਼ਹਿਰ ਜਿਹੜਾ ਉਹਨਾਂ ਦੀ ਦੇਣ ਹੈ ਇਹਨੂੰ ਸਾਫ਼ ਰੱਖਣ ਦੇ ਵਿੱਚ ਸਹਿਯੋਗ ਕਰੀਏ, ਅਤੇ ਉਹਨਾਂ ਦੀਆਂ ਜਿਹੜੀਆਂ ਪ੍ਰਾਪਤੀਆਂ ਨੇ, ਜਿਹੜਾ ਉਹਨਾਂ ਨੇ ਬਹੁਤ ਵੱਡਾ ਕੰਟਰੀਬਿਊਸ਼ਨ ਕੀਤਾ ਉਹਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ। ਸਾਰੀਆਂ ਰਿਆਸਤਾਂ ਸੀ, ਸਾਰੀ ਜ਼ਿਲ੍ਹੇ ਦਾ ਦਰਜਾ ਮਿਲ ਗਿਆ, ਇਹਦੇ ਨਾਲ ਕਿਉਂ? ਬਿਲਕੁਲ ਜੀ, ਮੇਰੇ ਜ਼ਿਹਨ ਦੇ ਵਿੱਚ ਹੈ ਗੱਲ, ਮੈਂ ਜਿਸ ਤਰ੍ਹਾਂ ਪਲੇਟਫਾਰਮ ਕੋਈ ਬਣਿਆ ਤਾਂ ਮੈਂ ਤਾਂ ਪ੍ਰੋਪਰ ਅਥੈਂਟਿਕ ਜਾਣਕਾਰੀ ਲੈ ਕੇ ਕਿ ਇੱਕ ਜ਼ਿਲ੍ਹਾ ਬਣਾਉਣ ਲਈ ਕੀ ਪ੍ਰੋਟੋਕੋਲ ਹੁੰਦਾ, ਉਹਦੀਆਂ ਕੀ ਗਾਈਡਲਾਈਨਸ ਹੁੰਦੀਆਂ ਨੇ ਇੱਕ ਜ਼ਿਲ੍ਹਾ ਬਣਨ ਵਾਸਤੇ, ਉਹ ਸਾਰਾ ਕੁਝ ਸਟੱਡੀ ਕਰਕੇ ਜੀ ਫਿਰ ਇਹ ਗੱਲ ਅੱਗੇ ਤੋਰਾਂਗੇ। ਬਿਲਕੁਲ ਜੀ, ਅੱਜ ਜਿਹੜੀ ਸੰਗਤ ਹੈ, ਸਮੂਹ ਨਾਭਾ ਦੀ ਸੰਗਤ ਸਾਰੀ ਹੈ ਪੂਰੇ ਸ਼ਹਿਰ ਦੇ ਵਿੱਚ ਪੈਦਲ ਮਾਰਚ ਕਰ ਰਹੀ ਹੈ ਜੀ, ਔਰ ਗੁਰੂ ਮਹਾਰਾਜ ਦਾ ਜਾਪ ਕਰੇਗੀ, ਔਰ ਸਾਰੇ ਬਜ਼ੁਰਗ, ਨੌਜਵਾਨ, ਬੱਚੇ, ਬੱਚੀਆਂ, ਸ਼ਾਹੀ ਪਰਿਵਾਰ, ਸਾਰਾ ਪ੍ਰਸ਼ਾਸਨ ਜਿਹੜਾ ਨਾਲ ਹੈ ਜੀ। ਸੋ ਪਰਮਾਤਮਾ ਕਿਰਪਾ ਕਰੇ ਨਾਭੇ 'ਤੇ। ਨਾਭਾ ਛੋਟੀ ਕਾਸ਼ੀ ਨਾਲ ਜਾਣਿਆ ਜਾਂਦਾ ਜੀ, ਕਿ ਨਾਭਾ ਜਿਹੜਾ ਬਹੁਤ ਹੀ ਖੂਬਸੂਰਤ ਸ਼ਹਿਰ ਆ, ਬਹੁਤ ਹੀ ਅੱਛੇ ਔਰ ਚੰਗੇ ਵਿਚਾਰਾਂ ਵਾਲੇ ਲੋਕ ਇੱਥੇ ਵੱਸਦੇ ਨੇ। ਮੈਂ ਸਭ ਨੂੰ ਬੇਨਤੀ ਕਰਦਾ ਕਿ ਇਹੋ ਜਿਹੜੇ ਪ੍ਰੋਗਰਾਮ ਨੇ ਜਿਨ੍ਹਾਂ ਦੇ ਕਰਕੇ ਅਸੀਂ ਅੱਜ ਨਾਭਾ ਸ਼ਹਿਰ ਦੇ ਵਿੱਚ ਵਸੇ ਹੋਏ ਹਾਂ, ਉਹਨਾਂ ਨੂੰ ਯਾਦ ਕਰਨਾ ਬਹੁਤ ਜ਼ਰੂਰੀ ਹੈ, ਔਰ ਇਹੋ ਜਿਹੇ ਪ੍ਰੋਗਰਾਮਾਂ ਦੇ ਵਿੱਚ ਸਾਨੂੰ ਸਭ ਨੂੰ ਸਹਿਯੋਗ ਕਰਨਾ ਚਾਹੀਦਾ। ਅਤੇ ਸਾਥ ਬਹੁਤ ਅੱਛਾ ਹੈ, ਇਹ ਦੇਖ ਕੇ ਅੱਛਾ ਲੱਗਦਾ ਹੈ ਕਿ ਅਭੀ ਵੀ ਨਾਭਾ ਵਾਸੀ ਮਹਾਰਾਜਾ ਹੀਰੂ ਰਿਪੁਦਮਨ ਸਿੰਘ ਜੀ ਕੋ ਯਾਦ ਕਰਤੇ ਹੈ, ਔਰ ਕਾਫੀ ਲੋਕੋ ਨੇ ਪਾਰਟ ਲਿਆ ਹੈ, ਬਹੁਤ ਅੱਛੀ ਬਾਤ ਹੈ। ਕੈਸੇ ਦੇਖਤੇ ਹੋ 101 ਵਰਸ਼ ਹੋ ਗਏ ਹੈ ਜੋ ਮਨਾ ਰਹੇ ਹੈ? ਬਿਲਕੁਲ, ਮੈਂ ਇਹ ਚਾਹ ਰਹੀ ਹੂੰ 101 ਵਰਸ਼ ਮੈਂ ਹਮ ਇਸ ਚੀਜ਼ ਕਾ ਰੱਖੇ ਕਿ 101 ਵਰਸ਼ ਕੇ ਬਾਅਦ ਹਮ ਆਪਣੇ ਸ਼ਹਿਰ ਕੋ ਕਿਆ ਦੇ ਰਹੇ ਹੈ। ਇਸ ਵਾਰ ਮੇਰਾ ਲੋਕੋ ਸੇ ਇਹੀ ਕਹਿਣਾ ਹੈ ਕਿ ਨਾਭਾ ਦਿਵਸ ਕੇ ਉਪਲਕਸ਼ ਪੇ ਹਮ ਇਹ ਦੇਖੇ ਹਮ ਨਾਭਾ ਵਾਸੀ ਆਪਣੇ ਸ਼ਹਿਰ ਕੇ ਲਈ ਕਿਆ ਕਰ। ਜੈਤੋ ਦੇ ਜਿਹੜੇ ਮੋਰਚੇ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ 101ਵਾਂ ਜਿਹੜਾ ਨਾਭਾ ਦਿਵਸ ਮਨਾਇਆ ਗਿਆ, ਬਹੁਤ ਹੀ ਵਧੀਆ ਉਪਰਾਲਾ ਨਾਭਾ ਸ਼ਹਿਰ ਦੇ ਸੰਵਾਦ ਗਰੁੱਪ ਅਤੇ ਸ਼ਹਿਰ ਨਿਵਾਸੀਆਂ ਦੇ ਵੱਲੋਂ ਕੀਤਾ ਗਿਆ। ਅਤੇ ਕਿਉਂਕਿ ਜਿਹੜੇ ਮਹਾਰਾਜਾ ਰਵਦਮਨ ਸਿੰਘ ਸੀ ਉਹਨਾਂ ਦੀ ਵੱਡੀ ਕੁਰਬਾਨੀ ਆ ਸਿੱਖ ਕੌਮ ਦੇ ਵਿੱਚ, ਅਤੇ ਉਹਨਾਂ ਨੂੰ ਯਾਦ ਕੀਤਾ ਗਿਆ ਅੱਜ, ਅਤੇ ਸ਼ਹੀਦਾਂ ਦੀ ਯਾਦ ਨੂੰ ਤਾਜ਼ਾ ਕੀਤਾ ਗਿਆ, ਅਤੇ ਸਾਨੂੰ ਇਹੋ ਜਿਹੇ ਦਿਵਸ ਨੇ ਮਨਾਉਣੇ ਚਾਹੀਦੇ ਨੇ ਤਾਂ ਜੋ ਸਾਡੇ ਬੱਚਿਆਂ ਨੂੰ ਅਤੇ ਆਉਣ ਵਾਲੀ ਸਾਡੀ ਨੌਜਵਾਨ ਪੀੜ੍ਹੀ ਨੂੰ ਜਿਹੜਾ ਸਾਡੇ ਇਤਿਹਾਸ ਬਾਰੇ ਪਤਾ ਲੱਗ ਸਕੇ। ਇਤਿਹਾਸਿਕ ਯਾਤਰਾ ਵੀ ਕੱਢੀ ਜਾਵੇਗੀ? ਨਹੀਂ, ਬਿਲਕੁਲ, ਨਾਭਾ ਦੇ ਲੋਕਾਂ ਨੂੰ ਜਾਣੂ ਕਰਵਾਉਣ ਲਈ ਜਿਹੜਾ ਅੱਜ ਪੈਦਲ ਮਾਰਚ ਜਿਹੜਾ ਕੱਢਿਆ ਜਾ ਰਿਹਾ ਸਾਰੇ, ਬਹੁਤ ਵਧੀਆ ਉਪਰਾਲਾ। ਜੇ ਅਸੀਂ ਇੱਦਾਂ ਦੇ ਉਪਰਾਲੇ ਕਰ ਦਾਂਗੇ ਸਾਡੇ ਜਿਹੜੀ ਨੌਜਵਾਨ ਪੀੜ੍ਹੀ ਆ ਉਹਨੂੰ ਸਾਡਾ ਤਿਆਜ਼ਾ ਨੂੰ ਰੋਕ ਦੇ।